अज पंजाब नूं ओ सारे माफिया दा पता। मैं कल वाली गल्लां नहीं करनी नवीं जी जी सारे माफिया दा पता। लो पहली चीज है रेत माफिया। जी थोड़ा जा साइड ते एसटीएफ दी रिपोर्ट दे करोड़ रुपया दस साल आपदे जीजू लई वालस तो रेंज रोवर हो गई पता नहीं किन प्रॉपर्टियां बन गई की हो गया। नंबर दो होंगे शराब माफिया। लो जाओ पंजाब के विच किसी को पुछ लो दस साल शराब किने लई मैं गरीब आदमी ये लंबू ये ढंगा कि ये शराब बेचने वाला सब तो नंबर वन बंदा सी कि नहीं सी पत्तक ही है ये सब तो बड़ा लंबी ढोन करके यही कट कट बेचता बचा थोड़ा पिछे पिछे वर्कर कांग्रेस चुको वर्कर एक दे थले भी एक दे उत्ते भी वर्कर एक कांग्रेस दी सीट है। ये साड़ी भी मुछता सवाल है मित्रा
याद रखी तू ललकरा मरे ना ते एक दा जवाब पत्थर नाल देंगे ठोक के देंगे। कौन हो? कल वर्कर बहुत चले गए, कल वर्कर बहुत चले गए, कल वर्कर बहुत गए है। मैं किया ना जड़े जड़े धड़े सट्टे वाले ओही जान गए नाल जड़ा बंदा ईमान रखदा है नाल किसी ने नहीं जाना है ढंगे नाल। दूजा तू पहला मैं सैंड माफी जी सर, फिर शराब माफी ਇਹਨੂੰ ਪੁੱਛੋ। ਚਲੋ ਪੰਜਾਬ ਕਿਹਨੂੰ ਜਾਓ, ਅੰਮ੍ਰਿਤਸਰ ਚ ਸਾਰੀ ਦੁਨੀਆਂ ਨੂੰ ਪੁੱਛੋ ਸ਼ਰਾਬ ਕੌਣ ਵੇਚਦਾ ਸੀ, L1 ਦੇ ਲਾਇਸੈਂਸ ਕਿਹਦੇ ਕੋਲ ਸੀ, ਕੌਣ ਕੁੱਟੀ ਕੁਆਲਸ ਚ ਆ ਕੇ ਇੰਨੇ ਪੈਸੇ ਕਮਾ ਗਿਆ, ਕਿੱਦਾਂ ਕਮਾ ਗਿਆ। ਨੰਬਰ 3 ਭੂ ਮਾਫੀਆ, ਲੈਂਡ ਮਾਫੀਆ। ਲਓ ਜਾਓ ਬਠਿੰਡੇ ਵਾਲਾ ਡੰਪ ਦੇਖੋ, ਉੱਥੇ ਕਿੰਨੇ ਕਰੋੜ ਦੀ ਇਹਨੇ ਜ਼ਮੀਨ ਆਪਦੀ ਘਰ ਦੀ ਲਈ, ਕਰੋੜ ਡੇਢ ਦੀ ਲਈ ਤੇ 5 ਕਰੋੜ ਦੀ ਵੇਚੀ। ਇਹ ਐਡੇ ਭੁੱਖੜ ਬੰਦੇ ਨੇ, ਭੁੱਖਾ ਰਾਜਦਾ ਪਰ ਭੁੱਖੜ ਨਹੀਂ ਰਾਜਦਾ, ਇਹਨਾਂ ਦੀ ਇੰਨੀ ਭੁੱਖ ਹੈ। ਮੈਂ ਕਦੇ ਸੋਚ ਵੀ ਨਹੀਂ ਸਕਦਾ ਕਿ ਤੀਜਾ ਮਾਫੀਆ, ਚੌਥਾ ਮਾਫੀਆ, ਮੈਂ ਕਦੇ ਸੋਚ ਵੀ ਨਹੀਂ ਸਕਦਾ। ਸਾਰਾ ਫਰੇਮ ਤਾਂ ਮੋਟਾ ਹੁੰਦਾ ਭਾਈ, ਕੋਈ ਬੰਦਾ ਕੋਈ ਪੋਲੀਟੀਸ਼ੀਅਨ ਭਾਈ ਪਰੀ ਮੋਟਾ ਲਾਈਵ ਚੱਲਦਾ ਪਿਆ ਪਲੀਜ਼, ਜੇ ਇੰਨਾ ਥੱਲੇ ਗਿਰ ਜੂਗਾ ਕਿ ਚਿੱਟਾ ਵੇਚਣ ਲੱਗ ਜੂਗਾ, ਇੱਕ ਪੀੜ੍ਹੀ ਤਬਾਹ ਕਰ ਦੂ। ਹੈ ਸੱਤਾ ਪਿੰਦੀ ਅਮਰਿੰਦਰ ਜਾਓ, ਇਹਦਾ ਲੱਖ ਲੱਖ ਫੋਟੋ ਜਾਓ ਦੇਖੋ ਕੀ ਕਹਿੰਦੇ ਆ। ਅੱਜ ਵੀ ਇਹ ਖਲੀਫਾ ਬੇਲ ਅਪਲਾਈ ਕੀਤੀ ਹੈ ਭਾਈ, ਯਾਰ ਨਾ ਕਰੋ ਵਿੱਚ ਯਾਰ ਉਧਰ ਮੈਂ ਇਹਦੇ ਜਿਹੜੇ ਐਪਲੀਕੇਸ਼ਨ ਫਾਰਮ ਹੈ ਉਹਤੇ ਪੜ੍ਹ ਲਓ, ਉਹਤੇ ਲਿਖਿਆ NDPS ਐਕਟ, ਮੈਂ ਬੇਲ ਮੰਗੀ ਹੈ ਜੀ। ਓਏ ਯਾਰ ਜੀ ਮੈਂ ਬੇਲ ਮੰਗੀ ਹੈ ਯਾਰ, ਮਿੰਟ ਬਲਾ ਭਾਜੀ ਥੋੜਾ ਜਿਹਾ ਇੱਧਰ ਹੋ ਜਾਓ ਪਲੀਜ਼। ਹਾਤੀ ਵਿੱਚ ਵਾੜੀ ਚੌਥਾ ਮਾਫੀਆ ਕੁਝ ਸ਼ਾਮਲ, ਪੰਜਵਾਂ ਮਾਫੀਆ ਭਾਜੀ ਲਾਈਵ ਚੱਲਦਾ ਪਿਆ ਵਾ, ਇਹਦੇ ਵੱਡੇ ਭਾਈ ਇਹਦਾ ਇਹਦਾ ਨਾਮ ਸਭ ਪਾਸੇ ਜਿੱਥੇ ਦੇਖੋ ਜ਼ਮੀਨ ਦਬਦੀ, ਜਿੱਥੇ ਦੇਖੋ ਜਿਹਨੂੰ ਦਿੱਤਾ ਫਿਰ ਲਵ, ਸਭ ਤੋਂ ਵੱਡੀ ਚੀਜ਼ ਮੈਂ ਕਹਿੰਦਾ ਠੋਕ ਕੇ ਕਹਿੰਦਾ। ਔਰ ਮੈਂ ਆਪਣੇ ਵਰਕਰਾਂ ਨੂੰ ਕਹਿੰਦਾ ਬੰਬ ਦੇਊ ਕੱਢ, ਜਿਹਨੇ ਅੱਖ ਵੀ ਕੱਢੀ ਤੁਹਾਡੇ ਵੱਲ, ਇਹ ਪਰਚਾ ਮਾਫੀਆ ਦੁਨੀਆ ਦਾ ਸਭ ਤੋਂ ਵੱਡਾ। ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ ਬਾਪ ਦਾ ਨਾਮ ਮੰਨਣਾ, ਕੰਮ ਉਹੀ ਜੋ ਸਿਰ ਚੜ੍ਹ ਕੇ ਬੋਲੇ, ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ, ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲੋਟਰੀ ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚੰਨਪਨ, ਜਾਦੂ ਟੋਨਾ, ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।